ਹਾਂਜੀ, ਕੀ ਹਾਲ ਹੈ ਸਾਰਿਆਂ ਦਾ ਜੀ? ਅੱਜ ਆਪਾਂ ਗੱਲ ਕਰਾਂਗੇ ਫਾਸਟੈਗ ਬਾਰੇ। ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ 1 ਦਸੰਬਰ ਤੋਂ ਫਾਸਟੈਗ ਇੰਪਲੀਮੈਂਟ ਹੋਣਾ, ਲਾਗੂ ਹੋਣਾ। ਅਤੇ ਇਹਦੇ ਮੈਂ ਤੁਹਾਨੂੰ ਦੱਸਦਾ ਵੀ ਇਹਦੇ 'ਚ ਇਹਦੇ ਫਾਇਦੇ ਅਤੇ ਨੁਕਸਾਨ ਕੀ ਨੇ। ਪਹਿਲੇ ਆਪਾਂ ਗੱਲ ਕਰਾਂਗੇ ਇਸਦੇ ਫਾਇਦਿਆਂ ਦੀ। ਇਹਦਾ ਪਹਿਲਾ ਫਾਇਦਾ ਇਹਦਾ ਆ ਹੈ ਵੀ ਆਪਾਂ ਨੂੰ ਮੰਨ ਲਓ ਲਾਈਨ ਦੇ ਵਿੱਚ ਲੱਗਣ ਦੀ ਲੋੜ ਨਹੀਂ ਪੈਣੀ। ਤੁਸੀਂ ਜਦ ਵੀ ਜਾਓਗੇ ਆ ਨਾਲ ਦੀ ਨਾਲ ਉਹ ਜਿਹੜਾ ਬੂਮ ਬੈਰੀਅਰ ਹੁੰਦਾ ਉਹ ਆਟੋਮੈਟਿਕਲੀ ਸੈਂਸ ਕਰਕੇ ਤੁਹਾਡਾ ਖੁੱਲ ਜੂਗਾ। ਇਹਦੇ ਆਹ ਫਾਇਦੇ ਹੈ। ਅਤੇ ਉਹ ਤੋਂ ਬਾਅਦ ਦੂਜਾ ਫਾਇਦਾ ਇਹਦਾ ਕੀ ਹੈ ਵੀ ਮੰਨ ਲਓ ਤੁਹਾਨੂੰ ਕੈਸ਼ ਦੀ ਲੋੜ ਨਹੀਂ ਪੈਣੀ ਆਪਣੇ ਨਾਲ, ਠੀਕ ਹੈ ਜੀ? ਮੰਨ ਲਓ ਤੁਸੀਂ ਕੈਸ਼ ਰੱਖਣ ਦੀ ਲੋੜ ਨਹੀਂ ਪੈਣੀ। ਅਤੇ ਦੂਜਾ ਕੀ ਹੈ ਇਹਦਾ ਫਾਇਦਾ, ਮੰਨ ਲਓ ਹੁਣ ਤੁਸੀਂ ਪਹਿਲੇ ਕੀ ਕਰਦੇ ਸੀਗੇ, ਤੁਸੀਂ ਜਾਂਦੇ ਸੀਗੇ ਕਿਧਰੇ, ਤੁਸੀਂ ਅਪ ਡਾਊਨ ਦੀ ਉਹ ਲੈ ਲੈਂਦੇ ਸੀਗੇ, ਜੋ ਹੁੰਦੀ ਹੈ ਰਿਸਿਪਟ ਲੈ ਲੈਂਦੇ ਸੀਗੇ ਅਪ ਡਾਊਨ ਦੀ, ਅਤੇ ਕਈ ਵਾਰ 24 ਘੰਟੇ ਦੀ ਮਿਲ ਜਾਂਦੀ ਆ ਉਹ। ਅਤੇ ਕਈ ਵਾਰ ਕੀ ਹੁੰਦਾ ਤੁਸੀਂ ਵਾਪਸ ਨਹੀਂ ਆਉਂਦੇ ਸੀਗੇ ਤਾਂ ਜਿਹੜੇ ਤੁਹਾਡੇ ਸਿੰਗਲ ਤੋਂ ਉੱਤੇ ਦੇ ਪੈਸੇ ਉਹ ਤੁਹਾਡੇ ਵੇਸਟ ਚਲੇ ਜਾਂਦੇ ਸੀਗੇ। ਇਹਦੇ ਫਾਸਟੈਗ ਦੇ ਵਿੱਚ ਕੀ ਹੈ ਵੀ ਮੰਨ ਲਓ ਤੁਸੀਂ ਅਗਰ ਮੰਨ ਲਓ ਤੁਸੀਂ ਵਾਪਸ ਆਉਣਾ ਤਾਂ ਤੁਸੀਂ ਜੇ 24 ਘੰਟੇ ਦੇ ਵਿੱਚ ਆ ਗਏ ਵਾਪਸ ਤੁਸੀਂ ਟੋਲ 'ਤੇ ਇੱਕ ਵਾਰ ਤੁਸੀਂ ਜਾ ਕੇ, ਤਾਂ ਤੁਹਾਡੇ ਅਪ ਡਾਊਨ ਦੇ ਪਰਚੇ ਅਪ ਡਾਊਨ ਦੇ ਕੱਟਣਗੇ ਪੈਸੇ, ਅਦਰਵਾਈਜ਼ ਜਿਹੜੇ ਤੁਹਾਡੇ ਸਿੰਗਲ ਹੁੰਦਾ ਤਾਂ ਸਿੰਗਲ ਕੱਟਣਗੇ। ਆਹ ਸੀਗੇ ਇਹਦੇ ਫਾਇਦੇ। ਅਤੇ ਇਹਦੇ ਨੁਕਸਾਨ ਕੀ ਨੇ? ਪਹਿਲਾਂ ਦਾ ਨੁਕਸਾਨ ਇਹਦਾ ਆਇਆ ਵੀ ਮੰਨ ਲਓ ਪਹਿਲੇ ਕੀ ਹੁੰਦਾ ਸੀ, ਤੁਸੀਂ ਕਾਰਡ ਕੈਸ਼ ਆਪਣੇ ਨਾਂ ਰੱਖਦੇ ਸੀ, ਤੁਸੀਂ ਨਾਲੇ ਉਹਨੂੰ ਫੜਾਉਂਦੇ ਸੀਗੇ, ਤੁਹਾਡਾ ਕੰਮ ਉੱਥੇ ਖਤਮ ਹੁੰਦਾ। ਹੁਣ ਕੀ ਹੋਇਆ, ਹੁਣ ਤੁਹਾਨੂੰ ਇਹਨੂੰ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਰੀਚਾਰਜ ਕਰਾਉਣਾ ਪਊਗਾ, ਠੀਕ ਹੈ ਜੀ? ਅਤੇ ਦੂਜਾ ਇਹਦਾ ਨੁਕਸਾਨ ਕੀ ਹੈ, ਮੰਨ ਲਓ ਕੋਈ ਵੀ ਪਹਿਲੇ ਆਪਣੇ ਨਾਲ ਕੋਈ ਮਿਲਟਰੀ ਵਾਲਾ ਹੁੰਦਾ ਸੀਗਾ ਜਾਂ ਕੋਈ ਪੁਲਿਸ ਵਾਲਾ ਹੁੰਦਾ ਸੀਗਾ, ਉਹ ਉਹਨਾਂ ਨੇ ਆਪਣਾ ਆਈਡੀ ਕਾਰਡ ਦਿਖਾਉਂਦੇ ਸੀ ਅਤੇ ਨਾਲ ਦੀ ਨਾਲ ਤੁਹਾਨੂੰ ਅੱਗੇ ਜਾਣ ਦਾ ਦੇ ਦਿੰਦੇ ਸੀਗੇ। ਹੁਣ ਉਹਨਾਂ ਦਾ ਵੀ ਆਹ ਕਰਤਿਆ ਵੀ ਜਿਵੇਂ ਉਹਨਾਂ ਦੇ ਸਾਰੇ ਡਾਕੂਮੈਂਟ ਲੈ ਕੇ ਤਾਂ ਉਹਨਾਂ ਨੂੰ ਇੱਕ ਫਾਸਟੈਗ ਮਿਲ ਜਾਊ, ਉਹ ਫ੍ਰੀ ਹੋਊਗਾ, 5 ਸਾਲ ਵਾਸਤੇ ਵੈਲਿਡ ਹੋਊਗਾ ਉਹ, ਠੀਕ ਹੈ ਜੀ? ਜਿਹੜੀ ਵੀ ਗੱਡੀ ਦੇ ਵਿੱਚ ਉਹ ਲਾਣਗੇ ਉਹਨਾਂ ਦੇ ਕੋਲੋਂ ਉਹੀ ਚਲੂਗੀ। ਉਹ ਐਵੇਂ ਨਹੀਂ ਹੁਣ ਹੋਣਾ ਵੀ ਜਿਵੇਂ ਉਹਨਾਂ ਨੇ ਕਾਰਡ ਦਿਖਾਤਾ ਅਤੇ ਨਾਲ ਦੀ ਨਾਲ ਤੁਹਾਨੂੰ ਚਲੇ ਜਾਣ ਦਿਓਗੇ। ਆਹ ਸਿਸਟਮ ਆਹ ਬੰਦ ਹੋ ਗਿਆ। ਕੋਈ ਵੀ ਹੈ, ਕੋਈ ਮੰਤਰੀ ਹੈ, ਕੋਈ ਵੀ ਉਹਨਾਂ ਦੇ ਨਾਲ, ਉਹਨਾਂ ਦੇ ਮੰਨ ਲਓ ਪਹਿਲੇ ਮੰਤਰੀ ਨਾਲ ਕੀ ਹੁੰਦਾ ਸੀਗਾ, ਕੋਈ ਵੀ MP ਸੀਗਾ ਉਹਦੇ ਨਾਲ ਕੀ ਹੁੰਦਾ ਸੀ ਵੀ ਜਦੋਂ ਜਾਂਦੇ ਸੀ ਉਹਨਾਂ ਦੇ ਨਾਲ ਜਿਹੜੀ ਵੀ 5-10 ਗੱਡੀਆਂ ਉਹ ਵੀ ਫ੍ਰੀ ਹੋ ਜਾਂਦੀ ਸੀ। ਹੁਣ ਸਿਰਫ ਮੰਤਰੀ ਵਾਲੀ ਗੱਡੀ ਹੀ ਜਾਊਗੀ, ਆਹ ਚੀਜ਼ ਹੋਊਗਾ। ਮੰਤਰੀ ਆ 1-2 ਜਿਹੜੀ ਉਹਦੇ ਪਾਇਲਟ ਜਿਪਸੀ ਹੁੰਦੀ ਆ ਉਹੀ ਜਾਊਗੀਆਂ, ਅਦਰਵਾਈਜ਼ ਹੋਰ ਕੋਈ ਗੱਡੀ ਨਹੀਂ ਜਾਂਦੀ ਹੈਗੀ। ਆਹ ਸੀਗੇ ਇਹਦੇ ਫਾਇਦੇ ਅਤੇ ਨੁਕਸਾਨ। ਅਗਰ ਹੁਣ ਕਈ ਪੁੱਛਦੇ ਆ ਵੀ ਆਹ ਬਣਾਉਣਾ ਕਿਵੇਂ ਆ, ਹੁਣ ਤੁਸੀਂ ਕੋਈ ਵੀ ਜਿਹੜਾ ਟੋਲ ਪਲਾਜ਼ਾ, ਠੀਕ ਹੈ, ਤੁਸੀਂ ਔਨਲਾਈਨ ਤੋਂ ਤੁਸੀਂ ਅਪਲਾਈ ਨਾ ਕਰੋ, ਉਹ ਮੇਰੀ ਤੁਹਾਨੂੰ ਉਹ ਹੈ ਵੀ ਕਿਉਂਕਿ ਅਪਲਾਈ ਕਰਨ ਕੋ ਜਿਵੇਂ ਪੇਟੀਐਮ ਰਾਹੀਂ ਟਾਈਮ ਲੱਗਦਾ ਅਤੇ ਕਈ ਵਾਰ ਉਹ ਚੱਲਦਾ ਵੀ ਨਹੀਂ ਹੈਗਾ। ਤੁਸੀਂ ਕਿਸੇ ਵੀ ਟੋਲ ਪਲਾਜ਼ਾ 'ਚ ਚਲੇ ਜਾਓ, ਠੀਕ ਹੈ ਜੀ, ਉੱਥੇ ਤੁਸੀਂ ਫਾਸਟੈਗ ਪੁੱਛਦੇ ਹੋ ਉਹ, ਕਿਉਂਕਿ ਫਾਸਟੈਗ ਟੋਲ ਪਲਾਜ਼ੇ ਵਾਲੇ ਬਣਾ ਰਹੇ ਨੇ। ਤੁਸੀਂ ਨਾਲ ਇੱਕ ਆਪਣਾ ਐਡਰੈਸ ਲੈ ਕੇ ਜਾਣਾ ਅਤੇ ਆਪਣਾ ID ਪਰੂਫ ਲੈ ਕੇ ਜਾਣਾ ਅਤੇ ਇੱਕ ਗੱਡੀ ਦੀ RTG ਦੀ ਤੁਸੀਂ ਬਣਾਉਣੇ ਆ ਫਾਸਟੈਗ। ਬਾਅਦ ਗੱਡੀ ਤੁਹਾਨੂੰ 10-15 ਮਿੰਟ ਦੇ ਵਿੱਚ ਬਣਾ ਕੇ ਦੇ ਦੇਵਾਂਗੇ, ਤੁਹਾਡਾ 1 ਜਾਂ 2 ਘੰਟੇ ਦੇ ਵਿੱਚ ਤੁਹਾਡਾ ਉਹ ਐਕਟੀਵੇਟ ਹੋ ਜੂਗਾ, ਠੀਕ ਹੈ ਜੀ? ਆਹੀ ਚੀਜ਼ ਹੈ ਜੀ। ਬਾਕੀ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਮੈਨੂੰ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ, ਅਤੇ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਮੇਰੀ ਤਾਂ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੀ ਜੀ। ਥੈਂਕ ਯੂ ਜੀ।